ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਵੀਰੋ ਪਿਛਲੇ 1-2 ਦਿਨ ਤੋਂ ਮੈਨੂੰ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਫੋਨ ਆਏ ਆ ਮੈਸੇਜ ਆਏ ਆ ਵੀ ਨਵਤੇਜ ਵੀਰ ਜੀ ਕਣਕਾਂ ਸਾਡੀਆਂ 80 ਦਿਨ 85 ਦਿਨ 90 ਦਿਨ ਦੀਆਂ ਹੋ ਗਈਆਂ ਐ ਕੀ ਆਪਾਂ ਕਣਕਾਂ ਦਾ ਝਾੜ ਵਧਾਉਣ ਲਈ ਐਸ ਸਟੇਜ ਤੇ ਕੋਈ ਸਪਰੇਅ ਕਰ ਸਕਦੇ ਆ ਜਿਨ੍ਹਾਂ ਦੇ ਨਾਲ ਸਾਡੀ ਕਣਕ ਦਾ ਝਾੜ ਇਨਕਰੀਜ਼ ਹੋ ਜੇ ਜਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕਣਕ ਨੂੰ ਕੋਈ ਡਿਜ਼ੀਜ਼ ਜਾਂ ਪੈਸਟ ਆਉਣਾ ਨਾ ਆਵੇ ਉਹਦੇ ਸਬੰਧ ਦੇ ਵਿੱਚ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਆਉਣ ਵਾਲੇ 5-6 ਮਿੰਟ ਕਣਕ ਬਾਰੇ ਆਪਾਂ ਗੱਲ ਕਰਾਂਗੇ ਉਹ ਤੋਂ ਪਹਿਲਾਂ ਮੈਂ ਜਦੋਂ ਰਸਤੇ 'ਚ ਇਸ ਕਣਕ ਦੇ ਖੇਤ ਤੱਕ ਪਹੁੰਚਣ ਲਈ ਆ ਰਿਹਾ ਸੀ ਤੇ ਕਰਾਚ ਮਟਰਾਂ ਦਾ ਖੇਤ ਸੀ ਮਟਰਾਂ ਦੇ ਖੇਤ ਦੇ ਵਿੱਚ ਇਹ ਮੈਂ ਪੱਤਾ ਫੜਿਆ ਤੇ ਕਿਸਾਨ ਭਰਾਓ ਜੈਲੋ ਰੈਸਟ ਦੋਨਾਂ ਸਾਈਡਾਂ ਤੇ ਆ ਗਈ ਹੈ ਅਪਰ ਸਾਈਡ ਵੀ ਤੇ ਲੋਅਰ ਸਾਈਡ ਵੀ ਲੀਫ ਮਾਈਨਰ ਇੱਕ ਪੱਤੇ ਦੇ ਵਿੱਚ ਕੀੜਾ ਹੁੰਦਾ ਹੈ ਉਹਨੂੰ ਆਪਾਂ ਲੀਫ ਮਾਈਨਰ ਕਹਿੰਦੇ ਆ ਉਹ ਵੀ ਇਸ ਪੱਤੇ ਦੇ ਵਿੱਚ ਆ ਗਿਆ ਕਿਉਂਕਿ ਜਿਹੜਾ ਆਉਣ ਵਾਲੇ ਦਿਨਾਂ ਦਾ ਪੌਣ ਪਾਣੀ ਆ ਉਹਦੇ ਵਿੱਚ ਆਪਾਂ ਨੂੰ ਜਿਸ ਤਰ੍ਹਾਂ ਟੈਂਪਰੇਚਰ ਅਪ ਹੋ ਰਿਹਾ ਹੈ ਕਣਕ ਨੂੰ ਤੇਲਾ ਤੇ ਚੇਪਾ ਵੀ ਨਜ਼ਰ ਆਏਗਾ ਤੇ ਜੈਲੋ ਰੈਸਟ ਵੀ ਨਜ਼ਰ ਆਏਗੀ ਪਰ ਜਿਸ ਖੇਤ ਦੇ ਵਿੱਚ ਮੈਂ ਖੇਤਾ ਹਾਂ ਬਹੁਤ ਹੀ ਹੈਲਦੀ ਖੇਤ ਆ ਐਦਾ ਤੁਸੀਂ ਕੈਮਰਾਮੈਨ ਸਾਹਿਬ ਨੂੰ ਬੇਨਤੀ ਕਰੂੰਗਾ ਫਲੈਂਗ ਲੀਪ ਵਿਖਾਓ ਝੰਡਾ ਪਤਾ ਕਿੱਡਾ ਸ਼ਾਨਦਾਰ ਆ ਕਿੱਡਾ ਮੋਟਾ ਹੈ ਕਿੰਨੀ ਸ਼ਾਈਨੀਗਾ ਪਤੇ ਤੇ ਬਹੁਤ ਸੋਹਣੀ ਕਣਕ ਆ ਇਸ ਵੇਲੇ ਖਲੋਤੀ ਤੇ ਲਗਭਗ ਇਹ ਕਣਕ ਗੋਭ ਭਰਨ ਈ ਆ ਇਹਦੇ ਵਿੱਚ ਛੋਟਾ ਜਿਹਾ ਛਿੱਟਾ ਵੀ ਬਣਿਆ ਹੋਣਾ ਚਾਹੀਦਾ ਹੈ ਆਪਾਂ ਤੁਹਾਨੂੰ ਤਣਾ ਤੋੜ ਕੇ ਵਿਖਾ ਦਿੰਨੇ ਆਂ ਕਿ ਇਹਦੇ ਵਿੱਚ ਚਲੋ ਇਹ ਮੋਟਾ ਤਾਜਾ ਨਾ ਹੀ ਬਲੀ ਦਈਏ ਇੱਕ ਹੋਰ ਛਿੱਟੇ ਦੀ ਜਾਨੀ ਕਿ ਅਸੀਂ ਵੇਖਿਆ ਸੀ ਕਿ ਛਿੱਟਾ ਇਹਦੇ ਵਿੱਚ ਬੜਨਾ ਸ਼ੁਰੂ ਹੋ ਗਿਆ ਹੈ ਸਵਾਲ ਸੀ ਵੀ ਆਪਾਂ ਕੀ ਕਰ ਸਕਦੇ ਆਂ ਵੇਖੋ ਇਸ ਵੇਲੇ ਆਪਾਂ ਕਣਕ ਦੇ ਖੇਤਾਂ ਦਾ ਨਿਰੇਖਣ ਕਰੀਏ ਨਾ ਤੇ ਕੋਈ ਜੈਲੋ ਰੈਸਟ ਹੈ ਤੇ ਨਾ ਹੀ ਹਾਲੇ ਕੋਈ ਕੀੜਾ ਪਤਾਗਾ ਆਪਣੇ ਖੇਤ ਦੇ ਵਿੱਚ ਹੈਗਾ ਪਰ ਆਪਾਂ ਐਸ ਸਟੇਜ ਤੋਂ ਪੱਕਣ ਤੱਕ ਦੀ ਸਟੇਜ ਤੱਕ ਕਣਕ ਨੂੰ ਇਦਾਂ ਦਾ ਹੈਲਦੀ ਰੱਖਣਾ ਨਾ ਤੇ ਆਪਾਂ ਜੈਲੋ ਰੈਸਟ ਆਉਣ ਦੇਣੀ ਆ ਨਾ ਹੀ ਆਪਾਂ ਕੋਈ ਤੇਲਾ ਚੇਪਾ ਆਉਣ ਦੇਣਾ ਉਹਦੇ ਲਈ ਬਹੁਤ ਜ਼ਿਆਦੀ ਮਹਿੰਗੀ ਕੋਈ ਦਵਾਈ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰਿਕਮੈਂਡ ਪ੍ਰੋਪੀਕੋਨਾਜ਼ੋਲ ਤੇ ਟੈਬੂਕੋਨਾਜ਼ੋਲ 200 ਐਮਐਲ ਦੀ ਡੋਸ ਤੇ ਆਪਾਂ ਇੱਕ ਖੇਤ ਦੇ ਵਿੱਚ ਛਿੜਕਾਅ ਕਰ ਸਕਦੇ ਨਾਲ ਤੇਲੇ ਚੇਪੇ ਨੂੰ ਰੋਕਣ ਲਈ ਅਮੀਡਾ ਕੋਲੋ ਪ੍ਰਾਈਡ 17 8 ਵਾਲਾ 35 ਵਾਲਾ ਜਾਂ 70% ਵਾਲਾ ਡਬਲ ਯੂ ਡੀ ਜ਼ੀ ਫਾਰਮੂਲੇਸ਼ਨ ਉਹਨਾਂ ਤਿੰਨਾਂ ਚੋਂ ਕੋਈ ਵੀ ਇੱਕ ਆਪਸ਼ਨ ਚੁਣ ਕੇ ਆਪਾਂ ਸਪਰੇਅ ਚ 100 ਐਮ ਐਲ ਦੀ ਡੋਜ਼ ਤੇ 50 ਐਮ ਐਲ ਦੀ ਡੋਜ਼ ਤੇ ਤੇ 25 ਗ੍ਰਾਮ ਦੀ ਡੋਜ਼ ਤੇ ਯੂਜ਼ ਕਰ ਸਕਦੇ ਆ ਇੱਕ ਥਾਇਮਥੌਕਸਮ ਨਾਂ ਦੀ ਦਵਾਈ ਵੀ ਆਉਂਦੀ ਹੈ ਉਹਨੂੰ ਵੀ ਆਪਾਂ 70 ਗ੍ਰਾਮ ਦੀ ਡੋਜ਼ ਤੇ ਆਪਣੇ ਕਣਕ ਦੇ ਵਿੱਚੋਂ ਤੇਲਾ ਚੇਪਾ ਰੋਕਣ ਲਈ ਉਹਦੀ ਵਰਤੋਂ ਕਰ ਸਕਦੇ ਆ ਇਹ ਤਿੰਨੇ ਦਵਾਈਆਂ ਰਲ ਕੇ ਆਪਣੇ ਖੇਤ ਨੂੰ 15 ਦਿਨ ਲਈ ਜੈਲੋ ਰੈਸਟ ਤੇ ਕੀੜੇ ਪਤੰਗੇ ਤੋਂ ਬਚਾ ਕੇ ਰੱਖਣ ਗਿਆ ਨੈਕਸਟ ਆਪਾਂ ਨੂੰ ਸੈਕੰਡ ਪੀਰੀਅਡ ਦੇ ਵਿੱਚ ਫਿਰ ਹੋ ਸਕਦਾ ਸਪਰੇਅ ਕਰਨੀ ਪਵੇ ਇਹਦੇ ਨਾਲ ਆਪਾਂ ਆਪਣੀ ਕਣਕ ਦਾ ਝਾੜ ਵਧਾਉਣ ਲਈ ਕੋਈ ਲਿਕਵਿਡ ਮਾਈਕੋ ਰੈਜਾ 200 ਐਮਐਲ ਦੀ ਡੋਸ ਤੇ ਅਮੀਨੋ ਐਸਰਟ ਕਿਸੇ ਚੰਗੀ ਕੰਪਨੀ ਦੇ 200 ਐਮਐਲ ਦੀ ਡੋਸ ਤੇ ਨਾਲ ਸੀ ਵੀਡ ਬੇਸ ਕੋਈ ਬਾਇਓਲੋਜੀਕਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰეკਮੈਂਡ ਤੇ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਮਨਜ਼ੂਰਸ਼ੁਦਾ ਮਾਰਕੀਟ ਦੇ ਵਿੱਚੋਂ ਕਿਸੇ ਚੰਗੇ ਦੁਕਾਨਦਾਰ ਕੋਲੋਂ ਲੈ ਕੇ ਆਪਾਂ 200 ਐਮਐਲ ਦੀ ਡੋਸ ਤੇ ਇਹਨਾਂ ਦਵਾਈਆਂ ਦੇ ਨਾਲ ਵੱਖਰੇ ਘੋਲ ਕਰਕੇ 125 ਲੀਟਰ ਇੱਕ ਖੇਤ ਦੇ ਵਿੱਚ ਪਾਣੀ ਲਾ ਸਕਦੇ ਆ ਇਸ ਤੋਂ ਇਲਾਵਾ ਵੀ ਮੇਰੇ ਕੁਝ ਕਿਸਾਨ ਭਰਾ ਜਦੋਂ ਫਸਲ ਨਸਾਰੇ ਚ ਗੋਭ ਚਾਉਂਦੀ ਆ ਗੋਭ ਭਰਨੀ ਸ਼ੁਰੂ ਹੁੰਦੀ ਹੈ ਉਦੋਂ ਸਪਰੇਅ ਕਰਦੇ ਆ ਖਾਦਾਂ ਦੇ ਤੇ ਕੰਬੀਨੇਸ਼ਨਾਂ ਦੀ ਜਿਹਦੇ ਵਿੱਚ 13045 05234 ਕਈ ਕਿਸਾਨ ਪ੍ਰਯਾਯਤਨਾ ਬੋਰਨ ਵੀ ਐਡ ਕਰਦੇ ਆ ਕਰ ਸਕਦੇ ਆ ਪਰ ਇਹਨਾਂ ਦੇ ਘੋਲ ਵੀ ਵੱਖਰੇ ਰੱਖਣੇ ਆ ਤੇ ਇਹਨੂੰ ਆਪਾਂ ਅਲੱਗ ਸਪਰੇਅ ਕਰਨਾ ਹੈ ਨਾ ਤੇ ਕੋਸ਼ਿਸ਼ ਕਰੀਏ ਇਹਦੇ ਨਾਲ ਕੋਈ ਇਨਸੈਕਟੀਸਾਈਡ ਜਾਵੇ ਨਾ ਇਹਦੇ ਨਾਲ ਕੋਈ ਫੰਗੀਸਾਈਡ ਜਾਵੇ ਜਦੋਂ ਆਪਾਂ ਮਾਰਕੀਟ 'ਚ ਦਵਾਈ ਪਰਚੇਜ਼ ਕਰਨ ਜਾਂਦੇ ਆ ਤੇ ਕਈ ਦੁਕਾਨਦਾਰ ਭਰਾ ਮੇਰੇ ਕਹਿ ਦਿੰਦੇ ਭਾਜੀ ਕੋਈ ਗੱਲ ਨਹੀਂ ਨਾਲ ਕਰ ਦਿਓ ਪਰ ਕੋਸ਼ਿਸ਼ ਕਰੀਏ ਵੀ ਆਪਾਂ ਇਹਨੂੰ ਅਲੱਗ ਤੋਂ ਵੱਖਰਾ ਰੱਖ ਕੇ ਸਪਰੇਅ ਕਰੀਏ ਸਾਡੇ ਬਹੁਤ ਸਾਰੇ ਇਹੋ ਜਿਹੇ ਮਾਜੇ ਦੇ ਵਿੱਚ ਵੀ ਮਾਲਵੇ ਦੇ ਵਿੱਚ ਵੀ ਭਰਾ ਜਿਹੜੇ ਮੇਰੇ ਨਾਲ ਅਟੈਚ ਆ ਜਾਂ ਜੋਬ ਲੈਵਲ ਤੋਂ ਪੁਰਾਣੇ ਜਾਂ ਹੁਣ ਫਾਰਮਿੰਗ ਲੈਵਲ ਤੇ ਜਿਨ੍ਹਾਂ ਦੀ ਕਣਕ ਦਾ ਝਾੜ 21 ਕੁਇੰਟਲ ਤੋਂ ਲੈ ਕੇ 25 26 26 ਕੁਇੰਟਲ ਤੱਕ ਕਣਕਾਂ ਬੜੇ ਆਰਾਮ ਨਾਲ ਮੇਰੇ ਕਿਸਾਨ ਭਰਾ ਕੱਢ ਰਹੇ ਆ ਪਰ ਕਈ ਏਰੀਆ ਇਹੋ ਜਿਹੇ ਵੀ ਹੈਗੇ ਜਿੱਦਾਂ ਭੋਗਪੋੜ ਏਰੀਆ ਪਿਛਲੇ ਸਾਲ ਮੈਂ ਗਿਆ ਸੀ ਉੱਥੇ ਕਣਕ ਗਰਮੀ ਦੇ ਕਾਰਨ 12-13 ਬੋਰੇ ਹੀ ਰਹਿ ਗਈ ਸੀ ਜਾਂ ਨਡਾਲੇ ਤੋਂ ਉੱਪਰਲਾ ਪੱਖ ਜਿਹੜਾ ਬਿਲਪੁਰ ਤੋਂ ਵਿੱਚੋਂ ਉਹਨੂੰ ਫਿਰ ਖਸਣ ਸਾਈਡ ਤੋਂ ਹੁੰਦਾ ਹੋਇਆ ਘੁੰਮ ਕੇ ਨਿਕਲਦਾ ਵਾ ਨੰਗਲ ਬਾਨੇ ਵਾਲ ਨੂੰ ਉੱਥੇ ਥੋੜੇ ਕਲਰ ਵੀ ਆ ਢਿਲਵਾ ਪਾਰ ਕਰਦੇ ਖੱਬੇ ਹੱਥ ਬੜਾ ਕਲਰ ਸ਼ੁਰੂ ਹੋ ਜਾਂਦਾ ਉਹਨਾਂ ਕਿਸਾਨ ਭਰਾਵਾਂ ਨੂੰ ਉਚੇਚਾ ਆਪਣੀ ਕਣਕ ਦੀ ਫਸਲ 'ਤੇ ਧਿਆਨ ਦੇਣ ਦੀ ਲੋੜ ਆ ਇੱਕ ਤੇ ਕਲਰ 'ਚ ਸਰਾਬਾ ਜਿਹੜਾ ਵਾ ਲੇਟ ਸੁੱਕਦਾ ਇਹ ਪੂਰਾ ਸਹੀ ਟਾਈਮ ਹੈ ਉਥੇ ਵੀ ਕਣਕਾਂ 80 85 90 ਦੇਣ ਦੀਆਂ ਹੋ ਗਈਆਂ ਪੂਰਾ ਸਹੀ ਟਾਈਮ ਆ ਕਣਕ ਨੂੰ ਐਕਸਟਰਾ ਨਿਊਟ੍ਰੀਸ਼ਨ ਦੇ ਕੇ ਪlant ਨੂੰ ਪੂਰਾ ਹੈਲਦੀ ਕਰਨ ਦਾ ਸੋ ਜਿਹੜੇ ਛੋਟੇ-ਛੋਟੇ ਟਿਪਸ ਮੈਂ ਖਸਾਨ ਭਰਾਓ ਦਿੱਤੇ ਆ ਇਹਨਾਂ ਕੋ ਬਹੁਤਾ ਵੱਡਾ ਤੁਹਾਡੀ ਪਾਕਟ ਤੇ ਇਫੈਕਟ ਨਹੀਂ ਪਾਉਣਾ ਪਰ ਤੁਹਾਡੇ ਝਾੜ ਦੇ ਵਿੱਚ ਰੀਅਲ ਇਹਨਾਂ ਨੇ 1.5 ਕਵਾਂਟਲ ਤੋਂ ਲੈ ਕੇ 3 3.5 ਕਵਾਂਟਲ ਕਣਕ ਦਾ ਝਾੜ ਇਹਨਾਂ ਚੀਜ਼ਾਂ ਨੇ ਵਧਾ ਲੈਣਾ ਹੈ ਅੱਜ ਦੀਆਂ ਇੰਨੀਆਂ ਬੇਨਤੀਆਂ ਆਪਣੇ ਖੇਤਾਂ ਦਾ ਨਰੀਖਣ ਕਰੋ ਜੇ ਕੁਝ ਲੱਗਦਾ ਪੈਸਟ ਜਾਂ ਡਿਜ਼ੀਜ਼ ਉਹਦਾ ਕੰਟਰੋਲ ਕਰੋ ਪ੍ਰੀਵੈਂਟਿਵ ਲੈਵਲ ਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ ਉਹ ਤੁਸੀਂ ਵਰਤ ਕੇ ਆਪਣੀ ਕਣਕ ਦਾ ਝਾੜ ਵਧਾ ਸਕਦੇ ਜੀ ਇੱਕ ਬੇਨਤੀ ਹੋਰ ਹੈ ਮੇਰਾ ਇੱਕ ਨਾ YouTube ਤੇ ਚੈਨਲ ਹੈ ਬਾਲ ਖੇਤੀ ਛੱਜਲਵੱਡੀ ਦੇ ਨਾਂ ਤੇ YouTube ਤੇ ਚੈਨਲ ਹੈ ਜਿਹਨੂੰ ਮੈਂ ਸ਼ੁਰੂ ਕੀਤਾ ਹੈ ਆਪਣੀ ਗੱਲ ਧੜ ਤੱਕ ਪਹੁੰਚਾਉਣ ਲਈ ਤੇ ਤੁਹਾਡੇ ਸਵਾਲਾਂ ਦੇ ਜਵਾਬ ਸੌਖੇ ਤਰੀਕੇ ਨਾਲ ਤੁਹਾਡੇ ਘਰ ਪਹੁੰਚਾਉਣ ਲਈ YouTube ਤੇ ਚੈਨਲ ਹੈ ਬਾਲ ਖੇਤੀ ਛੱਜਲਵੜੀ ਕਿਸਾਨ ਭਰਾਓ ਤੁਸੀਂ ਉਹਨੂੰ ਸਬਸਕ੍ਰਾਈਬ ਕਰ ਲਿਓ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹਰੇਕ ਫਸਲ ਤੇ ਸਮੇਂ-ਸਮੇਂ ਵੀਡੀਓ ਪਾ ਕੇ ਤੁਹਾਨੂੰ ਫਸਲਾਂ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੰਦੇ ਰਾਵਾਂਗੇ ਅੱਜ ਦੀਆਂ ਐਨੀਆਂ ਕੀ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਰੇ ਪ੍ਰਵਾਨ ਕਰਨੀ ਗੁਰੂ ਨਾਨਕ ਸਾਹਿਬ ਵਾਲਾ ਫਲਸਫਾ ਉੱਠ ਨਾਮ ਜਪ ਕੀਰਤ ਕਰ ਵਾਂਡ ਸ਼ਾਕ ਵਾਂਡ ਕੇ ਸ਼ਾਕਨ ਦੀ ਆਦਤ ਸਾਰੇ ਗੁਰਸੇ ਕ ਨੁਕਸਾਨ ਭਰਾ ਪਾਉਣ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ